ਹੋਲੀ-ਹੋਲੀ ਸੰਜੀ ਕੰਮ ਵਧਣ ਲੱਗਾ ਜਿਵੇਂ ਆਪ ਜੀ ਨੇ ਦੱਸਿਆ ਵਾ ਹਾਂਜੀ ਤੇ ਇਹ ਗੱਲ ਸੁਭਾਵਕ ਹੀ ਆ ਵੀ ਕੰਮ ਵਧੇਗਾ ਤੇ ਬੰਦਿਆਂ ਦੀ ਵੀ ਜ਼ਿਆਦਾ ਲੋਡ ਪਵੇਗੀ ਤੇ ਇੱਥੇ ਸੰਗਤ ਵੀ ਨਹੀਂ ਸੀ ਹੈਗੀ ਪੰਜਾਬੀ ਵੀ ਦਿਸਣ ਨੂੰ ਕਿਤੇ ਨਹੀਂ ਸੀ ਕਿਤੇ ਵੀ ਲੱਭਦਾ ਨਹੀਂ ਸੀ ਜਦੋਂ ਤੁਸੀਂ ਆਏ ਇਕੱਲੇ ਸੀ ਹੂੰ ਤੇ ਇਹ ਤੁਸੀਂ ਦੱਸੋ ਵੀ ਫਿਰ ਜਿਹੜੀ ਹੁਣ ਸੰਗਤ ਆਪਾਂ ਨੂੰ ਨਜ਼ਰ ਆਉਂਦੀ ਹੈ ਹੁਣ ਜਿਹੜੇ ਸਿੱਖ ਸਾਨੂੰ ਮਿਲਦੇ ਆ ਜਾਂ ਇੱਥੇ ਬੜੀ ਇਸ ਬੜੀ ਗੁਰੂ ਦੀ ਕਿਰਪਾ ਵਾ ਸੰਗਤ ਆ ਬੱਚੇ ਆ ਗੁਰੂ ਨਾਲ ਗੁਰਬਾਣੀ ਨਾਲ ਜੁੜੇ ਆ ਉਹ ਬਾਤ ਦੀ ਗੱਲ ਕਰਦੇ ਆ ਫਿਰ ਇਹ ਜਿਹੜੀ ਸੰਗਤ ਇਹ ਕਿਵੇਂ ਆਈ ਤੇ ਤੁਹਾਡਾ ਕੰਮ ਜਦੋਂ ਵਧਿਆ ਤੇ ਉਦੋਂ ਵੀ ਕੋਈ ਇਹਨਾਂ ਵਿੱਚੋਂ ਉਦੋਂ ਵੀ ਆਪ ਜੀ ਨੇ ਕੋਈ ਸੱਦਿਆ ਜਾਂ ਉਹਨਾਂ ਸਿੱਖਾਂ ਵਿੱਚੋਂ ਜਾਂ ਆਪਣੇ ਬੰਦਿਆਂ ਨੂੰ ਬੁਲਾਇਆ ਗਿਆ ਤੇ ਇਹਦੇ ਬਾਰੇ ਤੁਸੀਂ ਥੋੜਾ ਜਿਆਦਾ ਦੱਸੋ ਜਾਨਣਾ ਪਾਓ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਆ ਆਪਾਂ ਗੱਲ ਕਰ ਰਹੇ ਆ ਜੀ ਸ਼ਹਿਰ ਜਿਹੜਾ ਉਹ ਹੈਗਾ ਸ਼ੈਨਨ ਸ਼ੈਨਨ ਤੇ ਕੰਟਰੀ ਜਿਹੜੀ ਹੈਗੀ ਆ ਉਹ ਹੈਗੀ ਰਿਪਬਲਿਕ ਆਫ ਆਇਰਲੈਂਡ ਤੇ ਜਿਹੜੀ ਆਇਰਲੈਂਡ ਹੈ ਇਹ ਦੋ ਹਿੱਸਿਆਂ ਚ ਹੈ ਇੱਕ ਨਾਰਥ ਆਇਰਲੈਂਡ ਜਿਹੜਾ ਪਾਰਟ ਆਫ ਯੂਨਾਈਟਿਡ ਕਿੰਗਡਮ ਹੈ ਤੇ ਜਿਹੜਾ ਜਿੱਥੇ ਅਸੀਂ ਰਹਨੇ ਆ ਸ਼ੈਨਨ ਤੇ ਜਿਹੜੀ ਰਾਜਧਾਨੀ ਹੈਗੀ ਆ ਡਬਲਿਨ ਉਹ ਹੈਗੀ ਆ ਰਿਪਬਲਿਕ ਆਫ ਆਇਰਲੈਂਡ ਇੰਡੀਪੈਂਡੈਂਟ ਕੰਟਰੀ ਹੈ ਠੀਕ ਹੈ ਠੀਕ ਹੈ ਜੀ ਤੋਂ ਅਸੀਂ ਇੱਥੇ ਜਦਾ ਅੱਗੇ ਦੱਸਿਆ ਕਿ 88 ਦੇ ਵਿੱਚ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਸੀ ਤੇ ਉਹ ਜਿਦਾ ਅੱਗੇ ਦੱਸਿਆ ਪਈ ਸਤਿਗੁਰਾਂ ਦੀ ਕਿਰਪਾ ਨਾਲ ਕੰਮ ਬਹੁਤ ਵਧੀਆ ਚੱਲਿਆ ਕਿਉਂਕਿ ਕੋਈ ਕੰਪੀਟੀਸ਼ਨ ਨਹੀਂ ਸੀ ਸਾਨੂੰ ਤੇ ਇਹ ਬਹੁਤ ਹੀ ਨਿਸ਼ ਮਾਰਕੀਟ ਉਹਨਾਂ ਨੇ ਬਿਲਕੁਲ ਸਗੀ ਤੇ ਸਗੀ ਵੀ ਬੜੀ ਰੈਗੂਲੇਟਿਡ ਜਿਹਦੇ ਚ ਰੈਗੂਲੇਸ਼ਨ ਬਹੁਤ ਸਖਤ ਆ ਹੂੰ ਹੂੰ ਇਹ ਆਮ ਬੰਦਾ ਨਹੀਂ ਕੋਈ ਕਰ ਸਕਦਾ ਜਿਹਨੂੰ ਇਹ ਦੇ ਵਿੱਚ 에어ਕ੍ਰਾਫਟ ਦੇ ਪ੍ਰੋਸੀਜਰਸ ਉਹ ਕਰਾਤੇ ਉਹ ਪ੍ਰੂਵਲ ਮਿਲੇ ਉਹੀ ਕਰ ਸਕਦਾ ਨਾਲੇ ਨੌਲੇਜ ਵੀ ਨੌਲੇਜ ਵੀ ਚਾਹੀਦੀ ਆ ਤੇ ਸਾਡਾ ਆਲਰੇਡੀ ਤੁਹਾਡਾ 15 ਸਾਲ ਦਾ ਉੱਥੇ ਕਿਨੀਆ ਦਾ ਐਕਸਪੀਰੀਅੰਸ ਹੈਗਾ ਹਾਂਜੀ ਹਾਂਜੀ ਤੇ ਫਿਰ 15 ਸਾਲ ਦਾ ਮਲੇਸ਼ੀਆ ਦਾ ਐਕਸਪੀਰੀਅੰਸ 25 ਸਾਲ ਹੋ ਗਏ 25 ਸਾਲ ਹੋ ਗਏ ਸੀ ਐਕਸਪੀਰੀਅੰਸ ਤੇ ਉਮਰ ਵੀ ਸਾਡੀ ਉਦੋਂ ਸਿਰਫ 40 ਸਾਲ ਦੀ ਸੀਗੀ ਬਿਲਕੁਲ ਜਦੋਂ ਅਸੀਂ ਸ਼ੁਰੂ ਕੀਤਾ ਬਿਲਕੁਲ ਸੋ ਉਦੋਂ ਫਿਰ ਤੀਬਨ 3-4 ਸਾਲ ਤੇ ਕੰਮ ਵਧਦਾ ਗਿਆ ਬਹੁਤ ਵੱਧ ਗਿਆ ਸਾਡਾ ਉਹ ਬੈਕਲੌਗ ਵੀ 6-6 ਮਹੀਨਿਆਂ ਦਾ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਅੱਛਾ ਤੇ ਬੰਦੇ ਨਹੀਂ ਸੀ ਮਿਲਦੇ ਬੰਦੇ ਨਹੀਂ ਸੀ ਮਿਲਦੇ ਹਾਂਜੀ ਤੇ ਅਸੀਂ ਫਿਰ ਪਹਿਲਾਂ ਤਾਂ ਇਹ ਕੀਤਾ ਕਿ ਇੱਕ ਕੰਪਨੀ ਸੀਗੀ ਫਰਾਂਸ ਉਹ ਅਸੀਂ ਬਾਈ ਕੀਤੀ ਅੱਛਾ ਜੀ ਤੇ ਉੱਥੇ ਥੋੜਾ ਜਿਹਾ ਸਮਾਨ ਕੱਲਿਆ ਕਿ ਜਲਦੀ ਹੋ ਜਵੇ ਉੱਥੇ ਤੇ ਉਹਦੇ ਨਾਲ ਵੀ ਸਰਿਆ ਨਹੀਂ ਤੇ ਫਿਰ ਅਸੀਂ ਮਿਸਿਸ ਸਾਗਰ ਟੋਰਾਂਟੋ अच्छा। ਉੱਥੇ ਫਿਰ ਇੱਕ ਹੋਰ ਉੱਥੇ ਵੀ ਇੱਕ ਹੋਰ ਬ੍ਰਾਂਚ ਖੋਲੀ ਗਈ। ਉਹ ਬ੍ਰਾਂਚ ਨਵੀਂ ਉੱਥੇ ਕਿਸੇ ਤੇ ਚੱਲਦਾ ਸੀ। ਅੱਛਾ ਅੱਛਾ। ਉਹਨਾਂ ਕੋਲ ਕੰਮ ਹੈ ਨਹੀਂ ਸੀ ਸਾਡੇ ਕੋਲ ਕੰਮ ਬਹੁਤ ਸੀ। ਅਸੀਂ ਉਹ ਵੀ ਖਰੀਦ ਲਈ। ਉਹ ਵੀ ਖਰੀਦ ਲਈ। ਠੀਕ ਹੈ ਠੀਕ ਹੈ। ਤੇ ਉੱਥੇ ਵੀ ਤੀਬਰਨ ਜਦੋਂ ਲਿਆ ਸੀ 30 32 ਕ ਬੰਦੇ ਕੰਮ ਕਰਦੇ ਸੀ। ਠੀਕ ਹੈ। ਤੇ ਜਿਹੜੀ ਫਰਾਂਸ ਵਾਲੀ ਸੀ ਉਹਦੇ ਚ 10 ਕ ਬੰਦੇ ਕੰਮ ਕਰਦੇ ਸੀ। ਅੱਛਾ। ਤੇ ਫਿਰ ਅਸੀਂ ਉੱਥੇ ਕੰਮ ਜਦੋਂ ਭੇਜਿਆ ਤੇ ਉੱਥੇ ਤੀਬਰਨ ਉਹ ਤੋਂ ਵੀ ਡਬਲ ਬੰਦੇ ਹੋਰ ਉੱਥੇ ਰੱਖਣੇ ਪਏ। ਹੂੰ ਹੂੰ ਹੂੰ। ਤੇ ਫਿਰ ਸਾਨੂੰ ਇੱਥੇ ਆਇਰਲੈਂਡ ਲਈ ਇੱਕ ਤੇ ਸੀਗਾ ਪੇ ਸਾਡੀ ਸੰਗਤ ਬਣੇ ਆਪਣੇ ਬੰਦੇ ਆਉਣ ਤੇ ਸਾਡੇ ਵੀ ਬੱਚੇ ਇਕੱਲੇ ਬਹੁਤ ਮਹਿਸੂਸ ਕਰਦੇ ਸੀ ਤੇ ਸੰਗਤ ਵੀ ਹੈ ਨਹੀਂ ਸੀ ਇੱਥੇ ਬਿਲਕੁਲ ਬਿਲਕੁਲ ਫਿਰ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਅਰਜ਼ ਕੀਤੀ ਸੀ ਉੱਥੇ ਇੰਡੀਆ ਜਾ ਕੇ ਤੇ ਸਤਿਗੁਰੂ ਜੀ ਨੇ ਫਿਰ ਇਹ ਕਿਹਾ ਸੀ ਪੇ ਤੁਸੀਂ ਇਹ ਪੇਪਰ ਤੇ ਲਿਖ ਕੇ ਦਿਓ ਸਾਨੂੰ ਕਿਦਾਂ ਦੇ ਬੰਦੇ ਚਾਹੀਦੇ ਆ ਅੱਛਾ ਅੱਛਾ ਤੇ ਅਸੀਂ ਜ਼ਰੂਰ ਕਿਰਪਾ ਕਰਾਂਗੇ ਬਿਲਕੁਲ ਬਿਲਕੁਲ ਤੇ ਇਹ ਫਿਰ ਗੱਲ ਤਕਰੀਬਨ ਵੀ 2000 ਦੀ 2000 ਦੀ ਆ ਜਾਂਦੀ ਹੈ ਜੇ 2000 ਦੀ 2000 ਦੇ ਵਿੱਚ ਅਸੀਂ ਫਿਰ ਉੱਥੋਂ ਜਿਹੜੇ ਬੰਦੇ ਸਿਗੇ ਨਾਮਤਰੀ ਪਰਿਵਾਰ ਠੀਕ ਹੈ ਠੀਕ ਹੈ ਕੁਝ ਖੁੱਲੇ ਵੀ ਸਿਗੇ ਨਾਮਤਰੀ ਜਿਆਦਾ ਹਾਂਜੀ ਤੇ ਉਹਨਾਂ ਨੂੰ ਫਿਰ ਅਸੀਂ ਸਪான்ਸਰ ਕਰਕੇ ਇੱਥੇ ਸੱਦਿਆ ਇੱਥੇ ਬੁਲਾਇਆ ਜਿਹੜੇ ਆਪਣੀ ਕੰਪਨੀ ਵਿੱਚ ਆਪਣੀ ਕੰਪਨੀ ਦੇ ਵਿੱਚ ਹੂੰ ਉਹਨਾਂ ਨੂੰ ਆਪਣੇ ਕੋਲੋਂ ਉਹਨਾਂ ਨੂੰ ਕਰਾਇ ਦੇਤੇ अच्छा पैसा ਵੀ ਕੋਈ ਨਹੀਂ ਲੱਗਣ ਦਿੱਤਾ ਟਿਕਟ ਵੀ ਕੋਲੋਂ ਦਿੱਤੀ ਬਿਲਕੁਲੋਂ ਦਿੱਤੀ ਹਾਂਜੀ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਮੈਡੀਕਲ ਦਾ ਖਰਚਾ ਵੀਜ਼ੇ ਵਰਕ ਪਰਮਿਟ ਦਾ ਉਹ ਸਾਰਾ ਕੁਝ ਅਸੀਂ ਆਪ ਕੀਤਾ ਸਾਰਾ ਹੀ ਖਰਚਾ ਉਹਨਾਂ ਦਾ ਬਿਲਕੁਲ ਇੱਥੇ ਆਉਂਦਿਆਂ ਨੂੰ ਅਸੀਂ ਇੱਕ ਕੰਪਨੀ ਵੱਲੋਂ ਮਕਾਨ ਦਿੱਤਾ ਜਿਹਦੇ ਚ ਉਹ ਸਾਰਾ ਰਹੇ ਪਹਿਲਾਂ ਇਕੱਲੇ ਆਏ ਸੀਗੇ ਉਦੋਂ ਕਿੰਨੇ ਕਿੰਨੇ ਮਤਲਬ ਸਿੱਖ ਸੀ ਜਾਂ ਬੰਦੇ ਜਿਹੜੇ ਬੁਲਾਏ ਗਏ ਉਹ ਤੋਂ ਅਸੀਂ 20 ਪਰਿਵਾਰ ਸੱਦੇ ਸੀਗੇ ਜੀ 20 ਪਰਿਵਾਰ ਬੁਲਾਏ ਇਹ ਗੱਲ 2000 ਸੰਦੀ ਦੀ 2000 ਦੀ ਹਾਂਜੀ ਠੀਕ ਅੱਜ ਤੋਂ ਮਤਲਬ 23 ਸਾਲ ਪਹਿਲਾਂ 23 ਸਾਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਨਾਂ ਨੂੰ ਆਉਂਦਿਆਂ ਨੂੰ ਅਸੀਂ ਫਿਰ ਉਹ ਰਿਹਾਇਸ਼ ਵਾਸਤੇ ਵੀ ਕੰਪਨੀ ਵੱਲੋਂ ਦਿੱਤਾ ਸਾਰਾ ਪ੍ਰਬੰਧ ਕੀਤਾ ਹਾਂਜੀ ਫਿਰ ਉਹਨਾਂ ਨੂੰ ਬਹੁਤਿਆਂ ਨੂੰ ਕਈਆਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ ਉਹਨਾਂ ਨੂੰ ਫਿਰ ਇੰਗਲਿਸ਼ ਵੀ ਸਕੂਲ ਭੇਜ ਕੇ ਸਿਖਾਈ ਸਿਖਾਈ ਬਿਲਕੁਲ ਨਹੀਂ ਤੇ ਉਤੋਂ ਬਾਅਦ ਫਿਰ 1 ਸਾਲ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਪੈਸੇ ਜੋੜੋ ਹੂੰ ਹੂੰ ਤੇ ਫਿਰ ਤੋਂ ਉਹਨਾਂ ਦੇ ਜਦੋਂ ਸਾਲ ਪੂਰਾ ਹੋ ਗਿਆ ਹਾਂਜੀ ਹਾਂਜੀ ਤੇ ਉਦੋਂ ਉਹਨਾਂ ਨੇ ਪਰਿਵਾਰ ਸੱਦੇਨੇ ਸੀ ਤੇ ਉਹਨਾਂ ਨੂੰ ਮਕਾਨ ਜਿਹੜੇ ਸੀ ਉਹਨਾਂ ਨੂੰ ਕੱਲੇ-ਕੱਲੇ ਨੂੰ ਕਿਹਾ ਤੁਸੀਂ ਲਵੋ ਆਪਣੇ ਮਕਾਨ ਬੜੀ ਵੱਡੀ ਗੱਲ ਐ ਉਹਨਾਂ ਨੂੰ ਫਿਰ ਕਿਉਂਕਿ ਉਹਨਾਂ ਕੋਈ ਇਹਨੇ ਗਾਰੰਟੀ ਲਈ ਪੈਸੇ ਹੈ ਨਹੀਂ ਸੀ ਹਾਂਜੀ ਹਾਂਜੀ ਉਹ ਅਸੀਂ ਆਪਣੀ ਪਰਸਨਲ ਗਾਰੰਟੀ ਦੇ ਕੇ ਤੇ ਉਹ ਮਕਾਨ ਉਹਨਾਂ ਨੇ ਖਰੀਦ ਲਿਆ ਬੜੀ ਵੱਡੀ ਗੱਲ ਐ ਮਤਲਬ ਕਿ ਹਰ ਪ੍ਰਕਾਰ ਨਾਲ ਮਦਦ ਕੀਤੀ ਜਿਹੜੇ ਅੱਜ ਪਰਿਵਾਰ ਦੇਸਦੇ ਆ ਇਥੇ ਸਿੱਖ ਇਹ ਤੁਹਾਡੀ ਕੰਪਨੀ ਵਿੱਚ ਕਿਰਪਾ ਤੇ ਚਲੋ ਸੰਜੀਤ ਸਤਿਗੁਰੂ ਕਰਦਾ ਪਰ ਤੁਹਾਡੇ ਜਰੀਏ ਇਹਨਾਂ ਨੇ ਇਥੇ ਆ ਕੇ ਆਪਣੀ ਮੈਂ ਜਿਵੇਂ ਆਪ ਜੀ ਨੂੰ ਦੱਸਦਾ ਪਿਆ ਸੀ ਨਾ ਕਿ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਹੁੰਦੇ ਸਨ ਬਹੁਤ ਵਾਰੀ ਵੀ ਕਿਸੇ ਨੂੰ ਪ੍ਰਸ਼ਾਦਾ ਦੇ ਦੇਣਾ ਰੋਟੀ ਦੇ ਦੇਣੀ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਭੁੱਖੇ ਨੂੰ ਰੋਟੀ ਦੇਣੀ ਹੈ ਉਹ ਅਸੀਸਾਂ ਦੇਂਦਾ ਤੇ ਅਨਦਾਨ ਬੜਾ ਵੱਡਾ ਸਭ ਤੋਂ ਵੱਡਾ ਦਾਨ ਇਸ ਕਰਕੇ ਰੋਟੀ ਦੇਣੀ ਤਾਂ ਵੱਡੀ ਗੱਲ ਹੈ ਪਰ ਸਤਿਗੁਰੂ ਜੀ ਵਚਨ ਕਰਦੇ ਹੁੰਦੇ ਸਨ ਬੜੇ ਪਿਆਰ ਵਿੱਚ ਆਣ ਕੇ ਵੀ ਕਿਸੇ ਨੂੰ ਰੋਟੀ ਜੋਗਾ ਕਰ ਦੇਣਾ ਉਹਦੀ ਕਮਾਈ ਦਾ ਸਾਧਨ ਬਣਾ ਦੇਣਾ ਉਹਨੂੰ ਰੁਜ਼ਗਾਰ ਦੇ ਦੇਣਾ ਉਹਨੂੰ ਆਪਣੇ ਪੈਰਾਂ ਤੇ ਖੜਾ ਕਰ ਦੇਣਾ ਇਹ ਬਹੁਤ ਹੀ ਜਿਆਦੀ ਵੱਡੀ ਗੱਲ ਐ ਇਹਦੇ ਵਰਗੀ ਕੋਈ ਵੱਡੀ ਗੱਲ ਹੋ ਨਹੀਂ ਸਕਦੀ ਸੋ ਤੁਹਾਡੇ ਜਰੀਏ ਗੁਰੂ ਨੇ ਪਰਉਪਕਾਰ ਕਰਾਇਆ ਤੁਹਾਡੇ ਰਾਹੀਂ ਇਹ ਕਿੰਨੇ ਸਰੀਰਾਂ ਦੀ ਉਹ ਕੋਈ 20 25 ਮਤਲਬ ਆ ਬੰਦੇ ਨਹੀਂ ਸਨ ਉਹ 20 25 ਪਰਿਵਾਰ ਹਾਂਜੀ ਉਹਨਾਂ ਦੇ ਘਰ ਦੇ ਉਹਨਾਂ ਦੇ ਬੱਚੇ ਉਹਨਾਂ ਦੇ ਮਾਤਾ ਪਿਤਾ ਫਿਰ ਉਹਨਾਂ ਦੇ ਰਿਸ਼ਤੇਦਾਰ ਕਿਉਂਕਿ ਮੈਂ ਇੱਥੇ ਵੇਖਿਆ ਉਹਨਾਂ ਨੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਆਪਣੇ ਭੈਣਾ ਭਰਾਵਾਂ ਨੂੰ ਵੀ ਅੱਗੇ ਬੁਲਾਇਆ ਸੈੱਟ ਕੀਤਾ ਤੇ ਇਹ ਤੁਹਾਡੇ ਦੁਆਰਾ ਇਹ ਸ਼ੁਰੂਆਤ ਜਿਹੜੀ ਆਏ ਹੋਈ ਤੇ ਮੈਨੂੰ ਇਹ ਗੱਲ ਕੋਈ ਕਹਿਣ ਵਿੱਚ ਸੰਕੋਚ ਨਹੀਂ ਹੈਗਾ ਮੈਂ ਬਾਹਰ ਨਜ਼ਰ ਮਾਰਦਾ ਜਾਂ ਕੈਨੇਡਾ ਵੇਖੀਏ ਹੋਰ ਕਿਤੇ ਵੇਖੀਏ ਜੇ ਕਿਸੇ ਹੋਰ ਬੰਦੇ ਕੋਲ ਇਦਾਂ ਦੀ ਗੱਲ ਹੁੰਦੀ ਉਹਨੇ ਅਖਣਾ ਸੀ ਵੀ ਮੈਂ ਬੰਦੇ ਤੇ ਸੱਜਦਾ ਤੇ ਪੈਸੇ ਕਿੰਨੇ ਦਿੰਦੇ ਜੀ ਹਾਂਜੀ ਵੀ ਵਿੱਚੋਂ ਪੈਸੇ ਦੱਸੋ ਉਹਨਾਂ ਹੋ ਸਕਦਾ ਵੀ ਇੱਕ ਬੰਦੇ ਕੋਲੋਂ ਕੋਈ 20 25 25 ਲੱਖ ਉਹਨਾਂ ਨੂੰ ਸੈੱਟ ਕਰਨ ਦੇ ਪੈਸੇ ਲੈ ਲੈਂਦੇ ਤੇ ਕਰੋੜਾਂ ਰੁਪਈਆ ਇਸ ਗੱਲ ਤੋਂ ਬਣਾ ਲੈਂਦੇ ਪਰ ਤੁਹਾਡੇ ਅੰਦਰ ਇੱਕ ਤਾਂ ਸਤਿਗੁਰੂ ਦੀ ਸਿੱਖੀ ਦੂਜਾ ਤੁਹਾਡੇ ਪਿਤਾ ਜੀ ਗਿਆਨੀ ਤੇਜਾ ਸਿੰਘ ਜੀ ਉਹਨਾਂ ਦੇ ਦਿੱਤੇ ਹੋਏ ਸੰਸਕਾਰ ਤੇ ਵਧੀਆ ਜਿਵੇਂ ਤੁਸੀਂ ਜੋ ਕੁਝ ਵੇਖਿਆ ਸੀ ਕਿਉਂਕਿ ਇੱਕ ਤਾਂ ਆਪ ਜੀ ਨੇ ਬੜੀ ਸੰਘਰਸ਼ਮਈ ਜ਼ਿੰਦਗੀ ਵੇਖੀ ਸੀ ਆਪਣੀ ਗਰੀਬੀ ਵੇਖੀ ਸੀ ਆਪਣੇ ਪਿਤਾ ਜੀ ਨਾਲ ਨਰੋਬੀ ਵਿੱਚ ਜਿਵੇਂ ਤੁਸੀਂ ਦੱਸਿਆ ਪਿਛੇ ਵੀ ਕਿੰਨੀ ਕਠਿਨਾਈ ਦੇ ਦਿਨ ਵੀ ਸਨ ਤੇ ਜਦੋਂ ਬੰਦਾ ਆਪ ਦੁੱਖਾਂ ਚੋਂ ਨਿਕਲਿਆ ਆਵੇ ਨਾ ਤੇ ਫਿਰ ਉਹਨੂੰ ਗਰੀਬੀ ਦਾ ਅਹਿਸਾਸ ਹੁੰਦਾ ਕਿਸੇ ਦੇ ਦੁੱਖ ਨੂੰ ਮਹਿਸੂਸ ਹੋ ਕਰ ਸਕਦਾ ਸੋ ਇਹ ਮੈਂ ਕਹਿੰਦਾ ਵੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਬੜਾ ਤੁਹਾਡਾ ਧੰਨਵਾਦ ਹੀ ਹੈ ਵੀ ਜਿਨ੍ਹਾਂ ਨੇ ਮਦਦ ਕੀਤੀ ਪਰ ਇਹ ਸਿੱਖੀ ਦਾ ਸਿਧਾਂਤ ਹੀ ਹੈ ਸੋ ਅੱਜ ਵੀ ਉਹ ਸਿੱਖ ਮਿਲਦੇ ਆ ਤੇ ਸਾਰੇ ਉਹ ਆਖਦੇ ਵੀ ਆ ਇਹ ਨਹੀਂ ਵੀ ਕੋਈ ਨਹੀਂ ਆਖਦਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਸਾਰੇ ਇਸ ਗੱਲ ਨੂੰ ਮੰਨਦੇ ਆਂ ਕਿ ਜੇ ਸੰਤ ਪਰਮਜੀਤ ਸਿੰਘ ਹਣੀਏ ਨਾ ਕਦਮ ਚੁੱਕਦੇ ਇਹ ਛਲਾਗਾ ਜੋ ਕਦਮ ਨਾ ਚੁੱਕਦੇ ਤੇ ਅੱਜ ਜਿਹੜੀ ਆ ਵੀ ਸਾਡੀ ਇਸ ਤਰ੍ਹਾਂ ਦੀ ਪਰਿਵਾਰ ਦੀ ਸਥਿਤੀ ਨਾ ਹੁੰਦੀ ਤੇ ਹੁਣ ਆਪ ਜੀ ਕਿਰਪਾ ਕਰੋ ਵੀ ਉਹਦੇ ਤੋਂ ਬਾਅਦ ਉਹ ਜਿਹੜੀ ਕੰਪਨੀ ਐ ਜਿਹਦੇ ਚ ਉਹ ਕੰਮ ਕਰਦੇ ਸਨ ਜਾਂ ਉਹਦੇ ਤੋਂ ਅੱਗੇ ਸੰਗਤ ਦਾ ਜਾਂ ਆਪ ਜੀ ਦੇ ਜੀਵਨ ਦਾ ਕਿਹੜਾ ਕਿਹੜਾ ਮੋੜ ਕਿਸ ਤਰ੍ਹਾਂ ਆਇਆ ਉਹਦੇ ਬਾਰੇ ਥੋੜਾ ਚੰਦਨਾ ਪਾਓ ਇੰਤ। ਅਗਲੀ ਚੱਕਰ। ਹਾਂਜੀ ਹਾਂਜੀ। ਹਾਂਜੀ। ਨਹੀਂ ਇਹਦੇ ਵਿੱਚ ਤੁਸੀਂ ਦੱਸ ਦਿਓ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸੋ ਇਹ ਪਹਿਲੀ ਗੱਲ ਤਾਂ ਮੈਂ ਇਹ ਕਾਂਗਾ ਕਿ ਬਹੁਤ ਜ਼ਰੂਰੀ ਗੱਲ ਸਾਰਿਆਂ ਨੂੰ ਦੱਸਣ ਵਾਲੀ ਹੈ ਕਿ ਇਹ ਕਿਰਪਾ ਜਿਹੜੀ ਹੈ ਇਹ ਉਦੋਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਕੀਤੀ ਹੈ ਜਿਨ੍ਹਾਂ ਨੇ ਸਾਨੂੰ ਬੁੱਧੀ ਬਖਸ਼ੀ ਕਿ ਇਹੋ ਜਿਹਾ ਕੰਮ ਕਰਨਾ ਚਾਹੀਦਾ ਬਿਲਕੁਲ ਤੇ ਉਹ ਉਹਨਾਂ ਦੇ ਹੁਕਮ ਨਾਲ ਤੇ ਉਹਨਾਂ ਦੀ ਕਿਰਪਾ ਨਾਲ ਹੋਇਆ ਹਾਂਜੀ 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 ਤੇ ਉਦੋਂ ਫਿਰ ਕਿਉਂਕਿ ਜਦੋਂ ਅਸੀਂ ਇਕੱਲੇ ਸੀ ਤੇ ਉਦੋਂ ਅਸੀਂ ਉਦਾਂ ਆਪਣਾ ਘਰ ਸਤਸੰਗ ਕਰਦੇ ਰਹਿੰਦੇ ਸੀ ਠੀਕ ਹੈ ਜੀ ਪਰ ਜਦੋਂ ਫਿਰ ਸੰਗਤ ਆਈ ਹਾਂਜੀ ਹਾਂਜੀ ਤੇ ਅਸੀਂ ਫਿਰ ਹਫਤਾਵਾਰੀ ਇੱਕ ਨਿਤਨੇਮ ਸ਼ੁਰੂ ਕੀਤਾ ਬਿਲਕੁਲ ਜਦੇ ਵਿੱਚ ਇੱਕ ਇੰਦਾ ਨਾਮ ਸ੍ਰਿਮਨੰਨ ਤੇ ਉਸ ਤੋਂ ਬਾਅਦ ਕੀਰਤਨ ਕਥਾ ਹੂੰ ਹੂੰ ਤੇ ਉਹ ਹਫਤੇ ਨਾਲ ਸਭ ਸਾਰੇ ਇਕੱਠੇ ਹੁੰਦੇ ਸੀ ਇੱਕ ਦੂਜੇ ਦੀ ਰਾਜੀ ਖੁਸ਼ੀ ਵੀ ਹੋਣੀ ਤੇ ਉਹ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਆਏ ਸੀ ਜਿੰਨੇ ਵੀ ਕਈ ਉਹਨਾਂ ਚੋਂ ਪਾਠ ਕਰਦੇ ਸੀ ਤੇ ਕਈ ਨਹੀਂ ਸੀ ਕਰਦੇ ਅੱਛਾ ਅੱਛਾ ਤੇ ਉਹਨਾਂ ਨੂੰ ਕਿਹਾ ਤੁਸੀਂ ਪਾਠ ਸਿੱਖੋ ਹਮਨ ਦੀਆਂ ਬਾਣੀਆਂ ਸਿੱਖੋ ਤੇ ਅਸੀਂ ਫਿਰ ਉਸ ਤੋਂ ਬਾਅਦ ਹਮਨ ਕਰਨੇ ਸ਼ੁਰੂ ਕੀਤੇ ਤੇ ਹਮਨ ਵੀ ਕਰਦੇ ਰਹੇ ਫਿਰ ਸਦਾਰਨ ਪਾਠ ਵੀ ਕਰਦੇ ਰਹੇ ਹਾਂਜੀ ਤੇ ਇਦਾਂ ਦਾ سلسلہ ਚੱਲਦਾ ਰਿਹਾ ਤੇ 1985 ਚ ਸਤਿਗੁਰੂ ਜਗਜੀਤ ਸਿੰਘ ਜੀ ਨੇ ਫਿਰ ਕਿਰਪਾ ਕੀਤੀ अच्छा ਤੇ ਉਦੋਂ ਹਲੇ ਕੋਈ ਆਏ ਨਹੀਂ ਸੀ ਜਦੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਮਤਲਬ ਠੀਕ 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 ਹਾਂਜੀ ਤੇ 85 ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਾਨੂੰ ਕੱਲਿਆਂ ਨੂੰ ਇੱਥੇ ਆਣ ਕੇ ਦਰਸ਼ਨ ਦਿੱਤੇ ਇਹ ਆਪਾਂ ਬਹੁਤ ਜ਼ਿਆਦਾ ਇਤਿਹਾਸ ਸੁਣਦੇ ਆਂ ਦੇ ਪਤਾ ਵੀ ਹੈ ਕਿ ਸਤਿਗੁਰੂ ਜਗਜੀਤ ਸਿੰਘ ਜੀ ਕਿਦਾਂ ਕਿੰਨਾ ਆਪਣੇ ਕੋਲੋਂ ਖਰਚਾ ਕਰਕੇ ਟਾਈਮ ਕੱਢ ਕੇ ਦੂਰ ਬੈਠੇ ਸਿੱਖਾਂ ਨੂੰ ਕਿਦਾਂ ਜਾ ਕੇ ਨਵਾਜਦੇ ਸੀ ਬਿਲਕੁਲ 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 ਹਾਂਜੀ ਸੋ ਇਹ ਕਿਰਪਾ ਸਾਡਾ ਗੁਰਾਂ ਦੀ ਬਹੁਤ ਜ਼ਿਆਦਾ ਬਹੁਤ ਬੰਦ ਆਪਾਂ ਫਿਰ ਅਗਲੀ ਵੀਡੀਓ ਚ ਹੋਰ